ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਆਪਣੀ ਕਾਮਯਾਬੀ ਅਤੇ ਅਣਥੱਕ ਸੇਵਾ ਨਾਲ ਵਿਸ਼ਵ ਭਰ ਵਿੱਚ ਝੰਡੇ ਗੱਡੇ ਨੇ। ਸ਼ਾਇਦ ਇਸੇ ਕਰਕੇ ਹੀ ਵਿਦੇਸ਼ਾਂ ਵਿੱਚ ਗੋਰੇ ਵੀ ਸਿੱਖਾਂ ਦਾ ਖੂਬ ਆਦਰ ਅਤੇ ਸਤਿਕਾਰ ਕਰਦੇ ਨੇ। ਸਿੱਖ ਭਾਈਚਾਰੇ ਲਈ ਇੱਕ ਹੋਰ ਖੁਸ਼ੀ ਅਤੇ ਮਾਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਆਕਲੈਂਡ ਕਾਉਂਸਲ ਵਿੱਚ ਪੈਂਦੇ ਪਾਪਾਕੁਰਾ ਲੋਕਲ ਬੋਰਡ ਨੇ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵਜੋਂ ਮਾਨਤਾ ਦੇਣ ਦਾ ਮਤਾ ਲਿਆਂਦਾ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਸਮੇਤ ਬਾਕੀ ਪਾਰਟੀਆਂ ਦੇ ਆਗੂਆਂ ਨੇ ਵੀ ਵਿਸਾਖੀ ਮੌਕੇ ਵਧਾਈ ਸੰਦੇਸ਼ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਕੋਰੋਨਾ ਮਹਾਂਮਾਰੀ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੀ ਅਗਵਾਈ ਹੇਠ ਸਿੱਖ ਭਾਈਚਾਰੇ ਵੱਲੋਂ ਫੂਡ ਬੈਗ ਵੰਡਣ ਦੀ ਮੁਹਿੰਮ ਸਮੇਤ ਬਾਕੀ ਦੇ ਕਾਰਜਾਂ ਦੀ ਸਮੇਂ ਸਮੇਂ ਤੇ ਪਾਪਾਕੁਰਾ ਲੋਕਲ ਬੋਰਡ ਵੱਲੋਂ ਪ੍ਰਸ਼ੰਸਾ ਹੁੰਦੀ ਰਹੀ ਹੈ। ਪਾਪਾਕੁਰਾ ਲੋਕਲ ਬੋਰਡ ਦੇ ਇਸ ਕਦਮ ਦੀ ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨੇ ਵੀ ਸ਼ਲਾਘਾ ਕੀਤੀ ਹੈ। ਤੁਹਾਨੂੰ ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚ ਪੈਂਦੇ ਪਾਪਾਕੁਰਾ ਵਿੱਚ ਸਿੱਖ ਭਾਈਚਾਰੇ ਦੀ ਭਾਰੀ ਵਸੋਂ ਹੈ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।